ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਪਲੈਟਫਾਰਮ ਤੇ। ਮਾਡਰਨ ਹਿਸਟਰੀ ਦੇ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਇੰਡੀਅਨ ਨੈਸ਼ਨਲ ਕਾਂਗਰਸ ਬਾਰੇ। ਹੁਣ ਤੱਕ ਆਪਾਂ 1857 ਦੇ ਵਿਦਰੋਹ ਤੱਕ ਮਾਡਰਨ ਹਿਸਟਰੀ ਕੰਪਲੀਟ ਕੀਤੀ ਸੀ ਤੇ ਉਹ ਟੌਪਿਕ ਕੰਪਲੀਟ ਹੋਣ ਤੋਂ ਬਾਅਦ ਆਪਣੀ ਅੱਧੀ ਮਾਡਰਨ ਹਿਸਟਰੀ ਖਤਮ ਹੋ ਚੁੱਕੀ ਸੀ, ਜਾਂ ਤੁਸੀਂ ਕਹਿ ਲਓ ਅੱਧੀ ਮਾਡਰਨ ਹਿਸਟਰੀ ਆਪਣੀ ਕਵਰ ਹੋ ਗਈ ਸੀ। ਉਸ ਤੋਂ ਬਾਅਦ ਆਪਾਂ ਇੱਕ ਨਵੇਂ ਤਰੀਕੇ ਦੇ ਨਾਲ, ਇੱਕ ਨਵੇਂ ਐਂਗਲ ਦੇ ਨਾਲ ਇਸ ਸਬਜੈਕਟ ਨੂੰ ਆਪਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ। ਹੁਣ ਆਪਾਂ ਕਿਵੇਂ ਪੜ੍ਹਦੇ ਹਾਂ ਇਸ ਸਬਜੈਕਟ ਨੂੰ, ਆਪਾਂ ਇੱਕ ਇੱਕ ਵਾਇਸ ਰਾਏ ਚੱਕਦੇ ਹਾਂ। ਉਸ ਵਾਇਸ ਰਾਏ ਦੀ ਜਿਹੜੀ ਟਰਮ ਹੁੰਦੀ ਹੈ ਭਾਰਤ ਦੇ ਵਿੱਚ, ਉਹਦੀ ਟਰਮ ਦੇ ਵਿੱਚ ਕਿਹੜੀਆਂ ਕਿਹੜੀਆਂ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਨੂੰ ਆਪਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ, ਉਹਨਾਂ ਬਾਰੇ ਆਪਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਪਿਛਲੇ ਕੁਝ ਕੁ ਦਿਨਾਂ ਤੋਂ। ਸੋ ਆਪਾਂ ਕਾਫੀ ਵਾਇਸ ਰਾਏ ਬਾਰੇ ਹੁਣ ਤੱਕ ਗੱਲ ਕਰ ਚੁੱਕੇ ਹਾਂ ਤੇ ਅੱਜ ਜਿਹੜੇ ਵਾਇਸ ਰਾਏ ਵਾਲੇ ਗੱਲ ਕਰਨੀ ਹੈ। ਬੇਸਿਕਲੀ ਆਪਾਂ ਉਸ ਵਾਇਸ ਰਾਏ ਦਾ ਸਿਰਫ ਹਲੇ ਨਾਮ ਜਾਣਨ ਦੀ ਕੋਸ਼ਿਸ਼ ਕਰਾਂਗੇ, ਉਹਦੇ ਟਾਈਮਲਾਈਨ ਦੇ ਵਿੱਚ ਕਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਡਿਸਕਸ ਨਹੀਂ ਕਰਨਾ। ਵਾਇਸਰਾਏ ਦਾ ਨਾਮ ਹੈਗਾ ਜੀ ਲਾਰਡ ਡਫਰਿਨ। ਲਾਰਡ ਡਫਰਿਨ ਦੇ ਸਮੇਂ ਦੇ ਵਿੱਚ ਕਾਫੀ ਘਟਨਾਵਾਂ ਹੋਈਆਂ ਸੀ, ਉਹਨਾਂ ਨੂੰ ਸਿਰਫ ਇੱਕ ਘਟਨਾਵਾਂ ਲੈ ਕੇ ਚੱਲਾਂਗੇ, ਉਹ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਣੀ। ਪਹਿਲੇ ਜਦੋਂ ਇਹ ਕਾਂਗਰਸ ਬਣੀ ਸੀ ਨਾ, ਜਦੋਂ ਬਣੀ ਸੀ ਉਸ ਦੌਰ ਦੇ ਵਿੱਚ ਕਿਹੜੇ ਚਿਹਰੇ ਸੀਗੇ ਇਸ ਪਾਰਟੀ ਨੂੰ ਲੀਡ ਕਰਦੇ ਸੀ ਤੇ ਅੱਜ ਦੇ ਸਮੇਂ ਤੱਕ ਕਾਂਗਰਸ ਪਾਰਟੀ ਅੱਜ ਵੀ ਬਰਕਰਾਰ ਹੈਗੀ। ਸੋ 1885 ਤੋਂ ਲੈ ਕੇ 2020 ਤੱਕ ਕਾਂਗਰਸ ਦੇ ਕਿੰਨੇ ਚਿਹਰੇ ਬਦਲੇ, ਉਹ ਚਿਹਰਿਆਂ ਬਾਰੇ ਤਾਂ ਤੁਸੀਂ ਸਾਰੇ ਵਾਕਿਫ ਹੀ ਹੋ ਮੋਸਟਲੀ। ਸੋ ਅੱਜ ਆਪਾਂ ਇਸੇ ਕਾਂਗਰਸ ਬਾਰੇ ਗੱਲ ਕਰਨੀ ਹੈ। ਇਹ ਚੀਜ਼ ਅੱਡ ਹੀ, ਮਤਲਬ ਤੁਸੀਂ ਕਹਿ ਲਓ ਅੱਡ ਵੀਡੀਓ ਦੇ ਵਿੱਚ ਹੀ ਕਵਰ ਹੋਣੀ ਸੀ, ਕਿਉਂਕਿ ਕਾਂਗਰਸ ਵਾਲਾ ਟੌਪਿਕ ਹੈ ਜਿਹੜਾ ਕਾਫੀ ਵੱਡਾ ਹੈ। ਅੱਜ ਆਪਣਾ ਅੱਧਾ ਟੌਪਿਕ ਹੀ ਕੰਪਲੀਟ ਹੋ ਜੂਗਾ ਤੇ ਕੱਲ੍ਹ ਨੂੰ ਆਪਾਂ ਜਿਹੜੀ ਕਾਂਗਰਸ ਦਾ ਰਿਮੇਨਿੰਗ ਪੋਰਸ਼ਨ ਰਹਿ ਜੂਗਾ ਉਹਨੂੰ ਆਪਾਂ ਲਾਰਡ ਡਫਰਿਨ ਸਾਹਿਬ ਦੀ ਟਾਈਮਲਾਈਨ ਦੇ ਵਿੱਚ ਜਿਹੜੀਆਂ ਬਾਕੀ ਘਟਨਾਵਾਂ ਵਾਪਰੀਆਂ ਸੀ ਉਹਨਾਂ ਦੇ ਨਾਲ ਕੰਪਲੀਟ ਕਰ ਲਾਂਗੇ। ਤੇ ਲੈਕਚਰ ਦੀ ਪੀਡੀਐਫ ਜੇ ਤੁਸੀਂ ਨੇ ਲੈਣੀ ਹੈ ਤਾਂ ਇਸ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਲੈ ਲਿਓ, ਇਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਮੇਰੇ ਰਾਹੀਂ ਤੁਹਾਡੀ ਕੋਈ ਵੀ ਕੁਐਰੀ ਹੈ ਤਾਂ ਇਸ ਨੰਬਰ ਤੇ ਕੰਟੈਕਟ ਕਰੋ ਜਾਂ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰੋ। ਸੋ ਆ ਹੈ ਜੀ ਉਸ ਵੇਲੇ ਦੀ ਕਾਂਗਰਸ। ਕਾਂਗਰਸ ਦੇ ਪਹਿਲੇ ਸੈਸ਼ਨ ਦੀ ਇਹ ਫੋਟੋ ਹੈ। ਟੋਟਲ 72 ਡੈਲੀਗੇਟ ਸੀਗੇ ਜਿਨ੍ਹਾਂ ਨੇ ਇਸ ਕਾਂਗਰਸ ਦੀ ਮੀਟਿੰਗ ਨੂੰ ਪ੍ਰਿਸਾਈਡ ਕੀਤਾ ਸੀ, ਪ੍ਰਿਸਾਈਡ ਨਹੀਂ ਮੀਟਿੰਗ ਅਟੈਂਡ ਕੀਤੀ ਸੀ। ਸੋ ਵਿੱਚ ਦੇਖੋ ਕਈ, ਠੀਕ ਹੈ, ਵਧੀਆ ਬਣੇ ਠਣੇ ਲੋਕ ਵੀ ਬੈਠੇ ਨੇਗੇ, ਸ਼ਾਹੂਕਾਰ, ਕਈ ਦਿਹਾਤੀ ਵੀ ਬੈਠੇ ਨੇਗੇ, ਮਤਲਬ ਮੋਸਟਲੀ ਤਾਂ ਐਜੂਕੇਟਡ ਹੁੰਦੇ ਸੀਗੇ ਤੇ ਵਧੀਆ ਰਾਜੇ, ਵਧੀਆ ਜਿਨ੍ਹਾਂ ਦੀ ਪਿੱਠ ਤਕੜੀ ਲੱਗਦੀ ਸੀਗੀ ਉਹੀ ਮੋਸਟਲੀ ਉਹਨਾਂ ਦੌਰ ਦੇ ਵਿੱਚ ਪੜ੍ਹੇ ਲਿਖੇ ਐਜੂਕੇਟਡ ਇੰਜੀਨੀਅਰ ਸੀਗੇ, ਉਹਨਾਂ ਦੀ ਪਾਰਟੀਸਪੇਸ਼ਨ ਹੁੰਦੀ ਸੀ ਇਸ ਕਾਂਗਰਸ ਦੇ ਵਿੱਚ। ਇਹਨਾਂ ਦੇ ਕੱਪੜੇ ਲੈਣੇ ਤੁਸੀਂ ਆਪਾਂ ਨੂੰ ਪਤਾ ਲੱਗਦਾ ਉਸ ਵੇਲੇ ਭਾਰਤੀ ਦੇ ਕੱਪੜੇ ਇੰਨੇ ਵਧੀਆ। ਸੋ ਇਹ ਉਸ ਵੇਲੇ ਦੇ ਜਿਹੜੇ ਕਾਂਗਰਸ ਪਾਰਟੀ ਸਥਾਪਿਤ ਹੋਈ ਸੀ ਉਸ ਵੇਲੇ ਦੀ ਇੱਕ ਪਿਕਚਰ ਦਿਖਾਈ ਹੋਈ ਆ ਤੁਹਾਨੂੰ ਵੀ ਏਦਾਂ ਦੇ ਉਸ ਵੇਲੇ ਦੇ ਚਿਹਰੇ ਹੁੰਦੇ ਸੀਗੇ ਕਾਂਗਰਸ ਦੇ। ਸੋ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਇਸ ਇੰਡੀਅਨ ਨੈਸ਼ਨਲ ਕਾਂਗਰਸ। ਤਾਂ ਦੇਖੋ ਸਿੱਧਾ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਉੱਪਰ ਨਹੀਂ ਆਉਂਦੇ, ਇਹ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਬੈਕਗ੍ਰਾਉਂਡ 'ਚ ਚੱਲਦੇ ਹਾਂ। ਤਾਂ ਦੇਖੋ ਕਾਂਗਰਸ ਇਕੱਲੀ ਇਹੋ ਜਿਹੀ ਪਾਰਟੀ ਨਹੀਂ ਸੀ ਜਿਹੜੀ ਕਿ ਸਭ ਤੋਂ ਪਹਿਲਾਂ ਬਣਨ ਵਾਲੀ ਪੋਲੀਟੀਕਲ ਪਾਰਟੀ ਹੋਵੇ, ਕੋਈ ਪੋਲੀਟੀਕਲ ਆਰਗੇਨਾਈਜੇਸ਼ਨ ਹੋਵੇ ਜਿਹੜੀ ਕਿ ਭਾਰਤ 'ਚ ਸਭ ਤੋਂ ਪਹਿਲਾਂ ਬਣੀ ਹੋਵੇ। ਕਾਂਗਰਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਪੋਲੀਟੀਕਲ ਪਾਰਟੀਜ਼ ਭਾਰਤ ਦੇ ਵਿੱਚ ਮੌਜੂਦ ਹੁੰਦੀਆਂ ਸੀ। ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਪੋਲੀਟੀਕਲ ਪਾਰਟੀਜ਼ ਬਾਰੇ ਹੀ ਗੱਲ ਕਰਾਂਗੇ। ਐਗਜ਼ਾਮਪਲ ਆ ਕੂਕਾ ਲਹਿਰ ਸੀਗੀ ਜਿਹੜੀ ਪਹਿਲਾਂ ਤਾਂ ਇੱਕ ਧਾਰਮਿਕ ਮੂਵਮੈਂਟ ਸੀ, ਫਿਰ ਬਾਬਾ ਰਾਮ ਸਿੰਘ ਦੀ ਲੀਡਰਸ਼ਿਪ ਦੇ ਅੰਡਰ ਉਹ ਮੂਵਮੈਂਟ ਪੋਲੀਟੀਸਾਈਜ਼ ਵੀ ਹੋ ਗਈ ਸੀਗੀ। ਸੋ ਇੱਦਾਂ ਦੀਆਂ ਹੋਰ ਕਈ ਐਸੋਸੀਏਸ਼ਨਾਂ ਹੁੰਦੀਆਂ ਸੀਗੀਆਂ ਜੋ ਕਿ ਪੋਲੀਟੀਕਲ ਧੜੇ ਬਣ ਗਏ ਸੀਗੇ। ਸੋ ਪਹਿਲਾਂ ਆਪਾਂ ਉਹਨਾਂ ਛੋਟੇ ਛੋਟੇ ਪੋਲੀਟੀਕਲ ਆਰਗੇਨਾਈਜੇਸ਼ਨ ਬਾਰੇ ਗੱਲ ਕਰਾਂਗੇ, ਫਿਰ ਆਪਾਂ ਮੇਨ ਮੁੱਦੇ ਉੱਪਰ ਆਵਾਂਗੇ ਜਾਣੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਬਾਰੇ ਸਮਝਾਂਗੇ। ਸੋ 19ਵੀਂ ਸੈਂਚਰੀ ਦੇ ਅੱਧ ਤੱਕ ਜਾਣੀ ਤੁਸੀਂ ਕਹਿ ਲਓ ਬਹੁਤ ਸਾਰੀਆਂ ਭਾਰਤ ਦੇ ਵਿੱਚ ਅਜਿਹੀਆਂ ਪੋਲੀਟੀਕਲ ਐਸੋਸੀਏਸ਼ਨਾਂ ਹੁੰਦੀਆਂ ਸੀ ਜਿਹੜੇ ਕਿ ਬਣ ਚੁੱਕੀਆਂ ਸੀ ਤੇ ਸਾਰੇ ਭਾਰਤ 'ਚ ਨਹੀਂ ਹੁੰਦੀਆਂ ਸੀ। ਨੋਟ ਕਰਨ ਦੀ ਗੱਲ ਇਹ ਹੈ ਕਿ ਸਾਰੇ ਭਾਰਤ 'ਚ ਨਹੀਂ ਹੁੰਦੇ ਸੀ, ਪਰਟੀਕੁਲਰ ਰੀਜਨ ਦੇ ਵਿੱਚ ਉਹ ਜਿਹੜੀਆਂ ਐਸੋਸੀਏਸ਼ਨਾਂ ਹੁੰਦੀਆਂ ਸੀ ਉਹ ਬਣੀਆਂ ਹੁੰਦੀਆਂ ਸੀ, ਜਿਵੇਂ ਕਿ ਬੰਗਾਲ ਦਾ ਰੀਜਨ ਹੇਠਾਂ ਮਦਰਾਸ 'ਚ, ਕੁਝ ਕੁ ਬੰਬੇ ਦੇ ਵਿੱਚ ਹੁੰਦੀਆਂ ਸੀ। ਸੋ ਸਾਰੇ ਭਾਰਤ ਦੇ ਵਿੱਚ ਉਸ ਉਹਨਾਂ ਵੇਲਿਆਂ ਦੇ ਵਿੱਚ 1885 ਦੇ ਦੌਰਾਨ ਜਾਂ ਇਸ ਤੋਂ ਪਹਿਲਾਂ ਵੀ ਕੋਈ ਐਡੀ ਖਾਸ, ਮਤਲਬ ਕੋਈ ਨਾ ਤਾਂ ਕੋਈ ਵੱਡੀ ਤੇ ਨਾ ਕੋਈ ਪੂਰੇ ਭਾਰਤ, ਮਤਲਬ ਤੁਸੀਂ ਕਹਿ ਲਓ ਪੂਰੇ ਭਾਰਤ ਲੈਵਲ ਦੀ ਕੋਈ ਪਾਰਟੀ ਬਣੀ ਸੀ। ਸਾਰੀਆਂ ਜਿਹੜੀਆਂ ਉਹਨਾਂ ਵੇਲੇ ਛੋਟੇ ਛੋਟੇ ਪੋਲੀਟੀਕਲ ਐਸੋਸੀਏਸ਼ਨਾਂ ਹੁੰਦੀਆਂ ਸੀ ਇਹ ਲੋਕਲ ਜਾਂ ਰੀਜਨਲ ਇਨ ਨੇਚਰ ਹੁੰਦੀਆਂ ਸੀ, ਜਾਣੀ ਕਿ ਕੋਈ ਲੋਕਲ ਛੋਟੇ ਮੋਟੇ ਏਰੀਆ ਦੀ ਕੋਈ ਛੋਟੀ ਮੋਟੀ ਧੜਾ ਹੋ ਗਿਆ ਉਹ ਹੁੰਦੇ ਸੀਗੇ ਉਹਨਾਂ ਵੇਲੇ। ਤੇ ਬੇਸਿਕਲੀ ਮਕਸਦ ਇਹਨਾਂ ਦਾ ਇਹ ਹੁੰਦਾ ਸੀਗਾ, ਇਹਨਾਂ ਦੇ ਵਿੱਚ ਜ਼ਿਆਦਾਤਰ ਪੜ੍ਹੇ ਲਿਖੇ ਹੋਏ ਐਜੂਕੇਟਡ ਮਿਡਲ ਕਲਾਸ ਹੁੰਦੇ ਸੀਗੇ ਲੋਕ ਤੇ ਕਈ ਜ਼ਮੀਨਦਾਰ ਵੀ ਹੁੰਦੇ ਸੀਗੇ ਜਿਹੜੇ ਤਕੜੇ ਸ਼ਾਹੂਕਾਰ ਲੈਂਡਲੋਰਡ ਹੁੰਦੇ ਸੀ, ਇਹ ਵੀ ਆਪਣੀਆਂ ਧੜੇ ਬਣਾ ਲੈਂਦੇ ਸੀ, ਪੋਲੀਟੀਕਲ ਆਰਗੇਨਾਈਜੇਸ਼ਨ ਬਣਾ ਲੈਂਦੇ ਸੀ। ਮਕਸਦ ਇਹ ਹੁੰਦਾ ਸੀ ਵੀ ਅੰਗਰੇਜ਼ ਭਾਰਤ ਦੇ ਵਿੱਚ ਹੁਣ ਭਾਈ ਛਾ ਕੇ ਇਹਨਾਂ ਦੀ ਜੜ੍ਹਾਂ ਮਜ਼ਬੂਤ ਹੋ ਗਈਆਂ, ਕਾਫੀ ਰਿਫੋਰਮਸ ਕੀਤੇ, ਹੁਣ ਜਾਣੀ ਕਿ ਕਹਿ ਲਓ ਭਾਰਤ ਦੇ ਰਾਜੇ ਅੰਗਰੇਜ਼ ਨੇ। ਸੋ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਅੱਜ ਜਿਵੇਂ ਅੱਜ ਆਪਾਂ ਦੇਖਦੇ ਹਾਂ ਕੋਈ ਵੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਦੇ ਵਿੱਚ ਕਰਪਸ਼ਨ ਵੀ ਹੁੰਦੀ ਹੈ, ਕੋਈ ਸਕੀਮ ਉਹ ਲੈ ਕੇ ਆਉਂਦੇ ਨੇ ਉਹ
ਸਕੀਮ ਫੇਲੀਅਰ ਵੀ ਹੋ ਜਾਂਦੀ ਹੈ, ਸਕਸੈਸ ਵੀ ਹੋ ਜਾਂਦੀ ਹੈ, ਕ੍ਰਿਟੀਸਿਜ਼ਮ ਵੀ ਹੁੰਦਾ ਸਰਕਾਰ ਦਾ, ਸਰਕਾਰ ਦੀ ਪ੍ਰਸ਼ੰਸਾ ਵੀ ਹੁੰਦੀ ਹੈ। ਸੋ ਉਸ ਵੇਲੇ ਇਹ ਜਿਹੜੇ ਛੋਟੇ ਛੋਟੇ ਧੜੇ ਸੀ ਨਾ, ਇਹਨਾਂ ਦਾ ਵੀ ਇਹ ਕੰਮ ਸੀਗਾ ਵੀ ਸਰਕਾਰ ਦੀ ਕੋਈ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਮੀ ਹੈ ਉਹਦੇ ਵਿੱਚ ਸੁਧਾਰ ਕਰਨ ਦੇ ਲਈ ਕੁਝ ਮੈਜਰ ਸੁਜੈਸਟ ਕਰੇ ਜਾਣ, ਠੀਕ ਹੈ, ਤੇ ਐਜੂਕੇਸ਼ਨ ਨੂੰ ਸਪਰੈਡ ਕੀਤਾ ਜਾਵੇ ਉਹਦੇ ਵਾਸਤੇ ਵੀ ਕੁਝ ਸਟੈਪ ਚੱਕੇ ਜਾਣ। ਇਹ ਸਾਰੇ ਛੋਟੇ ਮੋਟੇ ਇਹਨਾਂ ਦੇ ਮੋਟਿਵ ਹੁੰਦੇ ਸੀਗੇ ਇਹਨਾਂ ਪੋਲੀਟੀਕਲ ਆਰਗਨਾਈਜੇਸ਼ਨ ਦੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੰਗਾਲ ਦਾ ਜਿਹੜਾ ਏਰੀਆ ਸੀ ਉੱਥੇ ਕਿਹੜੀਆਂ ਕਿਹੜੀਆਂ ਪੋਲੀਟੀਕਲ ਐਸੋਸੀਏਸ਼ਨਾਂ ਬਣੀਆਂ, ਕਿਹੜੀਆਂ ਪਾਰਟੀਆਂ ਬਣੀਆਂ। ਪੜ੍ਹਨਾ ਬਹੁਤ ਜ਼ਰੂਰੀ ਇਹਨਾਂ ਬਾਰੇ ਕਿਉਂਕਿ ਇੱਥੋਂ ਕੁਸ਼ਚਨ ਬਣਦਾ ਹੈਗਾ ਤੇ ਪੇਪਰ ਦੇ ਵਿੱਚ ਪੁੱਛਿਆ ਵੀ ਗਿਆ ਕੁਸ਼ਚਨ ਯੂਪੀਐਸਸੀ ਤੇ ਪੀਪੀਐਸਸੀ ਦੁਆਰਾ। ਸਭ ਤੋਂ ਪਹਿਲੀ ਤੁਸੀਂ ਕਹਿ ਲਓ ਜਿਹੜੀ ਆਪਾਂ ਸੰਸਥਾ ਤੁਸੀਂ ਕਹਿ ਲਓ ਆਰਗਨਾਈਜੇਸ਼ਨ ਬਾਰੇ ਗੱਲ ਕਰਨ ਜਾ ਰਹੇ ਹਾਂ, ਪੋਲੀਟੀਕਲ ਆਰਗਨਾਈਜੇਸ਼ਨ, ਉਹਦਾ ਨਾਮ ਸੀਗਾ ਬੰਗ ਭਾਸ਼ਾ ਪ੍ਰਕਾਸ਼ਿਕਾ ਸਭਾ। 1836 ਦੇ ਵਿੱਚ ਇਹ ਐਸੋਸੀਏਸ਼ਨ ਬਣਾਈ ਗਈ ਸੀ ਰਾਜਾ ਰਾਮ ਮੋਹਨ ਰਾਏ ਦੇ ਜਿਹੜੇ ਉਹਨਾਂ ਦੇ ਚੇਲੇ ਚਾਪੇ ਸੀਗੇ ਉਹਨਾਂ ਦੁਆਰਾ ਬਣਾਈ ਗਈ ਸੀ। ਫਿਰ ਆ ਗਈ ਜੀ ਜ਼ਮੀਨਦਾਰੀ ਐਸੋਸੀਏਸ਼ਨ 1838 'ਚ ਇਹ ਬਣੀ, ਇਹਨੂੰ ਲੈਂਡ ਲੋਰਡ ਸੁਸਾਇਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਬੇਸਿਕਲੀ ਨਾਮ ਤੋਂ ਹੀ ਪਤਾ ਚੱਲ ਰਿਹਾ ਇਹ ਜਿਹੜੀ ਸੁਸਾਇਟੀ ਤੁਸੀਂ ਕਹਿ ਲਓ ਇਹ ਐਸੋਸੀਏਸ਼ਨ ਸੀ, ਇਹ ਧੜਾ ਸੀਗਾ, ਇਹ ਬੇਸਿਕਲੀ ਜਿਹੜੇ ਲੈਂਡ ਲੋਰਡ ਸੀ ਜ਼ਮੀਨਦਾਰ ਸੀ ਉਹਨਾਂ ਦੇ ਇੰਟਰਸਟਾਂ ਦੇ ਪੱਖ ਦੇ ਵਿੱਚ ਹੀ ਇਹ ਗੱਲ ਕਰਦੀ ਸੀ, ਉਹਨਾਂ ਵਾਸਤੇ ਹੀ ਇਹ ਆਰਗਨਾਈਜੇਸ਼ਨ ਬਣੀ ਸੀ। ਸੋ ਇਹਦੇ ਓਬਜੈਕਟਿਵ ਬਿਲਕੁਲ ਲਿਮਿਟਡ ਸੀਗੇ ਜ਼ਮੀਨਦਾਰੀ ਐਸੋਸੀਏਸ਼ਨ ਦੇ, ਬਟ ਇੱਥੋਂ ਇੱਕ ਚੀਜ਼ ਸ਼ੁਰੂਆਤ ਹੋਈ ਸੀ ਇਸ ਐਸੋਸੀਏਸ਼ਨ ਤੋਂ। ਉਹ ਕੀ? ਉਹ ਇਹ ਸੀ ਵੀ ਜਿਹੜੀਆਂ ਪੋਲੀਟੀਕਲ ਪਾਰਟੀਜ਼ ਦਾ ਤੁਸੀਂ ਕਹੋ ਮੇਨ ਹਥਿਆਰ ਹੁੰਦਾ ਹੈਗਾ ਕੋਨਸਟੀਟਿਊਸ਼ਨਲ ਐਜੀਟੇਸ਼ਨ ਕਰਨੀ, ਕਿਸੇ ਵੀ ਗਰੀਵੀਅੰਸ ਨੂੰ ਰੀਡਰੈਸ ਕਰਨ ਦੇ ਲਈ, ਸਰਕਾਰ ਦੀ ਕੋਈ ਪੋਲਿਸੀ ਨੂੰ ਨਿੰਦਾ ਕਰਨ ਦੇ ਲਈ ਐਜੀਟੇਸ਼ਨ ਕਰਦੀਆਂ ਨੇ ਕਈ ਪਾਰਟੀਆਂ। ਇਹ ਚੀਜ਼ ਦੀ ਸ਼ੁਰੂਆਤ ਇੱਥੋਂ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਲੈਂਡ ਲੋਰਡ ਸੁਸਾਇਟੀ ਵੱਲੋਂ, ਕਿਉਂਕਿ ਇਹ ਅਜਿਹੀਆਂ ਚੀਜ਼ਾਂ ਕਰਦੇ ਹੁੰਦੇ ਸੀਗੇ। ਅੰਗਰੇਜ਼ ਸਰਕਾਰ ਇਹਨਾਂ ਦੀ ਕੋਈ ਗੱਲ ਨਹੀਂ ਮੰਨਦੀ ਹੁੰਦੀ ਸੀ ਜੋ ਕਿ ਜਾਇਜ਼ ਵੀ ਹੁੰਦੀ ਉਸ ਵੇਲੇ, ਤਾਂ ਇਹ ਧਰਨੇ ਮੁਜ਼ਾਹਰੇ ਕਰਦੇ, ਪੀਸਫੁਲੀ ਬਹਿ ਜਾਂਦੇ, ਠੀਕ ਹੈ, ਹੜਤਾਲਾਂ ਕਰ ਲੈਂਦੇ। ਇਹੋ ਜਿਹੀ ਐਜੂਕੇਸ਼ਨ ਉਹਨਾਂ ਵੇਲਿਆਂ ਦੇ ਵਿੱਚ ਦੇਖਣ ਨੂੰ ਮਿਲਦੀ ਸੀ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬਹੁਤ ਹੀ ਵੱਡਾ ਹਥਿਆਰ ਬਣ ਜੂਗਾ ਆਪਣੇ ਭਾਰਤੀਆਂ ਦਾ, ਖਾਸ ਕਰਕੇ ਜਿਹੜੇ ਫਰੀਡਮ ਆਪਣੇ ਦੇਸ਼ ਦੀ ਆਜ਼ਾਦੀ ਦੀ ਜੰਗ ਦੇ ਵਿੱਚ ਜੁੜੇ ਹੋਏ ਸੀ। ਫਿਰ ਆ ਗਈ ਜੀ ਬੰਗਾਲ ਬ੍ਰਿਟਿਸ਼ ਇੰਡੀਆ ਸੁਸਾਇਟੀ 1843 'ਚ ਇਹਨੂੰ ਸਥਾਪਿਤ ਕੀਤਾ ਗਿਆ। ਮਕਸਦ ਇਹਦਾ ਇਹ ਸੀ ਵੀ ਜਾਣਕਾਰੀ ਇਕੱਠੀ ਕਰੋ ਵੀ ਜਿਹਦੇ ਨਾਲ ਜਿਹੜੇ ਭਾਰਤ ਦੇ ਵਿੱਚ ਜਿਹੜੇ ਰਹਿ ਰਹੇ ਨੇਗੇ ਲੋਕ ਉਹਨਾਂ ਦੀ ਐਕਚੁਅਲ ਕੰਡੀਸ਼ਨ ਕੀ ਹੈ, ਕਿ ਉਹਨਾਂ ਦੀ ਕਹੇ ਜੀ ਉਹਨਾਂ ਦੀ ਲਾਈਫ ਸਟਾਈਲ ਹੈ, ਕੀ ਉਹਨਾਂ ਦੀ ਜ਼ਿੰਦਗੀ ਹੈ, ਅਤੇ ਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਕਰਨ ਦੇ ਲਈ ਸਟੈਪ ਕੋਈ ਸਰਕਾਰ ਚੱਕ ਰਹੀ ਹੈ ਜਾਂ ਨਹੀਂ, ਉਹ ਸਾਰਾ ਕੁਝ ਦੇਖਣ ਦੇ ਲਈ ਇਹ ਸੁਸਾਇਟੀ ਬਣੀ ਸੀ। ਫਿਰ ਆ ਗਈ ਜੀ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ, ਬੜੀ ਇੰਪੋਰਟੈਂਟ ਐਸੋਸੀਏਸ਼ਨ ਸੀ 1855 'ਚ ਇਹ ਪੜ੍ਹਾਈ ਗਈ, ਠੀਕ ਹੈ। ਇਹ ਕਿਵੇਂ ਬਣੀ? ਜਿਹੜੀ ਲੈਂਡ ਲੋਰਡ ਸੁਸਾਇਟੀ ਬੰਗਾਲ ਸੀ ਅਤੇ ਬ੍ਰਿਟਿਸ਼ ਇੰਡੀਆ ਸੁਸਾਇਟੀ ਜਿਹਦੇ ਬਾਰੇ ਆਪਾਂ ਪਿੱਛੇ ਗੱਲ ਕੀਤੀ ਹੈ, ਇਹ ਆਪਸ ਦੇ ਵਿੱਚ ਮਰਜ ਕਰ ਗਈਆਂ 1855 ਦੇ ਵਿੱਚ, ਅਤੇ ਇੱਕ ਨਵੀਂ ਐਸੋਸੀਏਸ਼ਨ ਬਣ ਕੇ ਉੱਭਰੀ, ਉਹਦਾ ਨਾਮ ਸੀਗਾ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ। ਅਤੇ ਇਸ ਐਸੋਸੀਏਸ਼ਨ ਨੇ ਫਿਰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਅਤੇ ਇਹ ਕਿਹਾ ਵੀ ਕੁਝ ਇਹਨਾਂ ਨੇ ਕਹਿੰਦੇ ਸੀਗੇ ਵੀ ਆਹ ਚੀਜ਼ਾਂ ਸਾਨੂੰ ਚਾਹੀਦੀਆਂ, ਡਿਮਾਂਡਾਂ ਸੀਗੀਆਂ। ਇੱਕ ਤਾਂ ਵੀ ਲੋਕਲ ਲੈਵਲ 'ਤੇ ਸਾਡਾ ਖੁਦ ਦਾ ਇੱਕ ਲੈਜਿਸਲੇਚਰ ਹੋਣਾ ਚਾਹੀਦਾ, ਅਸੀਂ ਆਪਦੇ ਕਾਨੂੰਨ ਆਪ ਬਣਾਈਏ, ਅਤੇ ਉਸ ਤੋਂ ਇਲਾਵਾ ਜੁਡੀਸ਼ੀਅਲ ਅਤੇ ਜੁਡੀਸ਼ਰੀ ਅਤੇ ਐਗਜ਼ੀਕਿਊਟਿਵ ਇਹ ਸੈਪਰੇਟ ਹੋਣੇ ਚਾਹੀਦੇ ਨੇਗੇ ਇੱਕ ਦੂਜੇ ਤੋਂ, ਅਤੇ ਇਹ ਇਹਨਾਂ ਦੀਆਂ ਮੰਗਾਂ ਸੀ। ਫਿਰ ਅੱਗੇ ਜੀ ਈਸਟ ਇੰਡੀਆ ਐਸੋਸੀਏਸ਼ਨ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹ ਆਰਗਨਾਈਜੇਸ਼ਨ ਸੀਗੀ। ਕਿਉਂ? ਕਿਉਂਕਿ ਇਹਨੂੰ ਬਣਾਇਆ ਜਿਹੜੇ ਬੰਦੇ ਨੇ ਸੀ ਉਹ ਬੜਾ ਇੰਪੋਰਟੈਂਟ ਹੈ, ਉਹਦਾ ਨਾਮ ਸੀਗਾ ਦਾਦਾ ਭਾਈ ਨਰੋਜੇ। 1866 ਦੇ ਵਿੱਚ ਇਹ ਸੰਸਥਾ ਦੀ ਸਥਾਪਨਾ ਕੀਤੀ ਸੀਗੀ ਨਰੋਜੀ ਸਾਹਿਬ ਦੁਆਰਾ, ਠੀਕ ਹੈ। ਦੇਖਣ ਨੂੰ ਬੜਾ ਭੋਲਾ ਲੱਗਦਾ ਹੈ ਬਾਬਾ, ਬਟ ਬਾਬਾ ਬਹੁਤ ਇੰਟੈਲੀਜੈਂਟ ਸੀਗਾ, ਇਹਦੀ ਬਹੁਤ ਦੇਣ ਹੈਗੀ ਆਪਣੇ ਭਾਰਤੀਆਂ ਨੂੰ, ਠੀਕ ਹੈ। ਬੜਾ ਹੀ ਪੜ੍ਹਿਆ ਲਿਖਿਆ ਸੂਝਵਾਨ ਅਰਥ ਸ਼ਾਸਤਰੀ ਸੀਗਾ, ਅਤੇ ਇਹਦੀ ਕਿਤਾਬ ਵੀ ਸੀਗੀ ਪੋਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ। ਉਹਦੇ ਵਿੱਚ ਇਹਨੇ ਦੱਸਿਆ ਅੰਗਰੇਜ਼ ਕਿਵੇਂ ਆਪਣੇ ਭਾਰਤ ਦਾ ਜਿਹੜਾ ਤੁਸੀਂ ਕਹਿ ਲਓ ਸੋਨੇ ਦੀ ਚਿੜੀ ਸੀ ਉਹਨੂੰ ਕਿਵੇਂ ਇਹ ਤਿੱਤਰ ਬਣਾ ਕੇ ਚਲੇ ਗਏ, ਠੀਕ ਹੈ। ਸੋ ਚਲੋ, ਦਾਦਾ ਭਾਈ ਨਰੋਜੀ ਦੀ ਇਹ ਸੰਸਥਾ ਸੀ, ਬੇਸਿਕਲੀ ਇਹ ਸੰਸਥਾ ਦਾ ਬਣੀ ਕਿੱਥੇ ਸੀ ਉਹ ਪੁੱਛਿਆ ਜਾਂਦਾ। ਇਹ ਸੰਸਥਾ ਲੰਡਨ 'ਚ ਬਣਾਈ ਗਈ ਸੀ ਦਾਦਾ ਭਾਈ ਨਰੋਜੀ ਦੁਆਰਾ। ਮਕਸਦ ਇਹਦਾ ਇਹ ਸੀਗਾ ਵੀ ਜਿਹੜੇ ਭਾਰਤ ਦੇ ਵਿੱਚ ਲੋਕ ਰਹਿੰਦੇ ਨੇਗੇ, ਇਹਨਾਂ ਨੇ ਕੀ ਲਿਖਿਆ ਹੈ, ਕਹਿੰਦਾ ਟੂ ਡਿਸਕਸ ਦ ਇੰਡੀਅਨ ਕੁਐਸਚਨ ਐਂਡ ਇਨਫਲੂਐਂਸ ਪਬਲਿਕ ਮੈਨ ਇਨ ਇੰਗਲੈਂਡ ਟੂ ਪ੍ਰਮੋਟ ਇੰਡੀਅਨ ਵੈਲਫੇਅਰ। ਭਾਰਤ ਦੇ ਵਿੱਚ ਲੋਕਾਂ ਦੇ ਲੋਕ ਭਲਾਈ ਦੇ ਲਈ ਕੋਈ ਸਟੈਪ ਚੱਕੇ ਜਾਣ, ਉਹਦੇ ਲਈ ਇੰਗਲੈਂਡ 'ਚ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਇਨਫਲੂਐਂਸ ਕੀਤਾ ਜਾਵੇ, ਉਹਨਾਂ ਦਾ ਮਨ ਬਦਲਿਆ ਜਾਵੇ, ਤਾਂ ਕਿ ਸਰਕਾਰ ਨੂੰ ਅੱਗੇ ਉਹ ਲੋਕ ਵੀ ਕਹਿ ਸਕਣ। ਫਿਰ ਆਪਾਂ ਗੱਲ ਕਰਦੇ ਜੀ ਇੰਡੀਅਨ ਐਸੋਸੀਏਸ਼ਨ ਆਫ ਕਲਕੱਤਾ, ਇਹਦਾ ਇੱਕ ਹੋਰ ਨਾਮ ਵੀ ਸੀ, ਉਹਦਾ ਨਾਮ ਸੀਗਾ ਇੰਡੀਅਨ ਨੈਸ਼ਨਲ ਐਸੋਸੀਏਸ਼ਨ। ਇਹ 1876 'ਚ ਬਣਾਈ ਗਈ ਦੋ ਬੰਦਿਆਂ ਦੁਆਰਾ ਮਿਲ ਕੇ। ਕਿਹੜੇ ਸੀਗੇ? ਇੱਕ ਤਾਂ ਸੀਗੇ ਸੁਰਿੰਦਰ ਨਾਥ ਬੈਨਰਜੀ ਅਤੇ ਦੂਸਰੇ ਸੀਗੇ ਆਨੰਦ ਮੋਹਨ ਬੋਸ। ਇਹ ਉਹ ਦੋਵੇਂ ਬੰਦੇ ਨੇਗੇ, ਥੋੜ੍ਹਾ ਜਿਹਾ ਬੈਰੀ ਟੱਚ ਸੀਗੇ, ਜੁਰਕੇ ਵਾਲੇ ਬੰਦੇ ਸੀਗੇ। ਇਹਨਾਂ ਦੀ ਡਿਮਾਂਡਾਂ ਬੇਸਿਕਲੀ ਇਹ ਤਾਂ ਪ੍ਰੋਟੈਸਟ ਕਰਦੇ ਸੀਗੇ, ਸੋ ਅੰਗਰੇਜ਼ਾਂ ਸਰਕਾਰ ਦੇ ਕਈ ਪੋਲਿਸੀਆਂ ਤੋਂ ਨਿੰਦਾ ਪਰੇਸ਼ਾਨ ਸੀਗੇ, ਜਿਵੇਂ ਕਿ ਬਹੁਤ ਨਿੰਦਾ ਕਰਦੇ ਸੀਗੇ ਵੀ ਇਹ ਕੰਜ਼ਰਵੇਟਿਵ ਪੋਲਿਸੀਜ਼ ਨੇ ਅੰਗਰੇਜ਼ਾਂ ਦੀਆਂ, ਜਿਵੇਂ ਕਿ ਲਿਟਨ ਸਾਹਿਬ ਨੇ ਸਿਵਲ ਸਰਵਿਸ ਦੀ ਜਿਹੜੀ ਮੈਕਸੀਮਮ ਉਮਰ ਸੀ 21-19 ਸਾਲ ਕਰਤੀ। ਉਹ 19 ਸਾਲ ਦਾ ਬੰਦਾ ਕਿੱਥੋਂ ਪੇਪਰ ਅੱਜ ਦੇ ਸਮੇਂ 'ਚ ਨਹੀਂ ਕੱਢਦਾ, ਉਹਨਾਂ ਸਮੇਂ ਦੇ ਵਿੱਚ ਵਿਚਾਰੇ ਐਜੂਕੇਸ਼ਨ ਵੀ ਲਿਮਿਟਡ ਲੋਕਾਂ ਕੋਲ ਹੁੰਦੀ ਸੀ, ਉਹ ਕਿੱਥੋਂ ਭਾਰਤੀ
ਇਸ ਐਸੋਸੀਏਸ਼ਨ ਨੇ ਬੜੀ ਐਜੂਕੇਸ਼ਨ ਦਿਖਾਈ। ਸੋ ਅੱਗੇ ਜਾ ਕੇ ਫਿਰ ਉਹ ਚੀਜ਼ਾਂ ਚੇਂਜ ਵੀ ਹੋਈਆਂ ਗਿਆ, ਇਹ ਜਿਹੜੀ ਐਜੂਕੇਸ਼ਨ ਕਰਦੇ ਸੀ ਉਹ ਸਕਸੈਸਫੁਲ ਵੀ ਹੁੰਦੀਆਂ ਸੀ। ਫਿਰ ਬੰਗਾਲ ਵਾਲੀ ਆਪਾਂ ਪੜ੍ਹ ਲਈ, ਹੁਣ ਆਪਾਂ ਆਉਂਦੇ ਹਾਂ ਬੰਬੇ ਦੀ। ਬੰਬੇ 'ਚ ਦੋ ਬਹੁਤ ਇੰਪੋਰਟੈਂਟ ਪੋਲੀਟੀਕਲ ਐਸੋਸੀਏਸ਼ਨਾਂ ਹੁੰਦੀਆਂ ਸੀ, ਕਿਹੜੀਆਂ? ਇੱਕ ਤਾਂ ਸੀਗੀ ਪੂਨਾ ਸਵਰਜਨ ਸਰਵਜਨਿਕ ਸਭਾ, ਬੜੀ ਇੰਪੋਰਟੈਂਟ ਇਹ ਸਭਾ ਐਸੋਸੀਏਸ਼ਨ ਸੀ, 1867 'ਚ ਬਣਾਈ ਗਈ, ਜਿਹਦੇ ਦੁਆਰਾ ਮਹਾਂਦੇਵ ਗੋਬਿੰਦ ਰਨਾਡੇ, ਬਹੁਤ ਹੀ ਤਕੜੇ ਮਸ਼ਹੂਰ ਸੋਸ਼ਲ ਰਿਫੋਰਮਰ ਸੀਗੇ, ਗੋਪਾਲ ਕ੍ਰਿਸ਼ਨ ਗੋਖਲੇ ਜੀ ਦੇ ਇਹ ਉਸਤਾਦ ਸੀਗੇ, ਉਹਨਾਂ ਦੇ ਉਸਤਾਦ ਹੋਰੀ ਸੀਗੇ, ਗੁਰੂ ਸੀਗੇ ਉਹਨਾਂ ਦੇ, ਪੋਲੀਟੀਕਲ ਮੈਂਟਰ ਸੀਗੇ, ਸੋਸ਼ਲ ਰਿਫੋਰਮਰ ਬਹੁਤ ਤਕੜੇ ਸੀ। ਇਹਨਾਂ ਬਾਰੇ ਆਪਾਂ ਹਲੇ ਡਿਟੇਲ ਦੇ ਵਿੱਚ ਪੜ੍ਹਾਂਗੇ, ਜਦੋਂ ਇਹਨਾਂ ਦੇ ਜੀਵਨ ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੇ ਕੁਛ ਯੋਗਦਾਨ ਪਾਇਆ ਹੈਗਾ ਤਾਂ ਉਹਦੇ ਬਾਰੇ ਆਪਾਂ ਜ਼ਰੂਰ ਚਰਚਾ ਕਰਾਂਗੇ ਸੋਸ਼ਲ ਰਿਲੀਜੀਅਸ ਰਿਫੋਰਮ ਵਾਲੇ ਚੈਪਟਰ ਦੇ ਵਿੱਚ। ਬਟ ਹਲੇ ਆਪਾਂ ਇਹ ਗੱਲ ਕਰੀਏ, ਇਹਨਾਂ ਦੇ ਬਣਾਈ ਗਈ ਇਹ ਪੂਨਾ ਸਰਵਜਨਿਕ ਸਭਾ ਇਹਨਾਂ ਦੀ ਬਣਾਈ ਗਈ ਸੀ। ਓਬਜੈਕਟਿਵ ਇਹ ਸੀਗਾ ਵੀ ਸਰਕਾਰ ਤੇ ਜਿਹੜੇ ਭਾਰਤ ਦੇ ਆਮ ਲੋਕ ਨੇ ਉਹਨਾਂ ਦੇ ਵਿਚਾਲੇ ਇਹ ਜਿਹੜੀ ਸਾਡੀ ਸੰਸਥਾ ਹੈ ਇੱਕ ਬ੍ਰਿਜ ਦੀ ਤਰ੍ਹਾਂ ਕੰਮ ਕਰੇ, ਤਾਂ ਕਿ ਲੋਕ ਨੇ ਉਹਨਾਂ ਦੇ ਜਿਹੜੇ ਗਰੀਵੀਅੰਸ ਨੇ ਸਿੱਧੇ ਸਰਕਾਰ ਤੱਕ ਪਹੁੰਚ ਸਕਣ ਸਾਡੇ ਥਰੂ, ਇਹ ਸੀਗਾ ਇਹਦਾ ਮਕਸਦ। ਫਿਰ ਆ ਕੇ ਬੰਬੇ ਪ੍ਰੈਜ਼ੀਡੈਂਸੀ ਐਸੋਸੀਏਸ਼ਨ ਇਹਨੂੰ ਸਟਾਰਟ ਕੀਤਾ ਗਿਆ ਬਦਰੂਦੀਨ ਤਾਇਬ ਜੀ ਦੁਆਰਾ। ਇਹ ਬਦਰੂਦੀਨ ਤਾਇਬ ਜੀ ਕੌਣ ਸੀ? ਕਾਂਗਰਸ ਦੇ ਜਿਹੜੇ ਅੱਗੇ ਆਪਾਂ ਸੈਸ਼ਨ ਪੜ੍ਹਨੇ ਨੇਗੇ, ਉਹਨਾਂ ਸੈਸ਼ਨ ਦੇ ਵਿੱਚੋਂ ਪਹਿਲੇ ਮੁਸਲਿਮ ਪ੍ਰੈਜ਼ੀਡੈਂਟ ਸੀਗੇ ਇਹ ਕਾਂਗਰਸ ਦੇ। ਇਹਨਾਂ ਨੇ ਇੱਕ ਸੈਸ਼ਨ ਪ੍ਰਿਸਾਈਡ ਕੀਤਾ ਸੀ, ਜੇ ਤੁਹਾਨੂੰ ਪਤਾ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ। ਉਸ ਤੋਂ ਇਲਾਵਾ ਫਿਰੋਜ਼ ਸ਼ਾਹ ਮਹਿਤਾ ਬਹੁਤ ਹੀ ਮਸ਼ਹੂਰ ਸੀਗੇ ਬੰਦੇ ਵੀ, ਇੱਕ ਤੀਸਰਾ ਸੀਗਾ ਕੇ ਟੀ ਤਲਾਂਗ। ਇਹਨਾਂ ਤਿੰਨਾਂ ਨੇ ਮਿਲ ਕੇ ਇਹ ਐਸੋਸੀਏਸ਼ਨ ਦੀ ਸ਼ੁਰੂਆਤ ਕੀਤੀ ਸੀ 1885। ਫਿਰ ਮਦਰਾਸ ਵਿਖੇ ਵੀ ਇੱਕ ਪੋਲੀਟੀਕਲ ਐਸੋਸੀਏਸ਼ਨ ਬਣੀ, ਉਹ ਬਣੀ ਸੀਗੀ, ਉਹਦਾ ਨਾਮ ਸੀ ਮਦਰਾਸ ਮਹਾਜਨ ਸਭਾ, 1884 'ਚ ਬਣਾਈ ਗਈ ਇਹ, ਐਮ ਵਿਰਾਗਵ ਚਾਰੀ ਦੁਆਰਾ, ਦੂਸਰਾ ਬੰਦਾ ਸੀਗਾ ਵੀ ਸੁਬਰਾਮਨੀਆ ਅਯਰ ਤੇ ਤੀਸਰਾ ਸੀਗਾ ਪੀ ਅਨੰਦ ਚਲੂਲੂ। ਇਹਨਾਂ ਦੁਆਰਾ ਇਹ ਐਸੋਸੀਏਸ਼ਨ ਮਦਰਾਸ 'ਚ ਬਣਾਈ, ਤੇ ਇਹਨਾਂ ਨੇ ਕਿਹੜੇ ਕਿਹੜੇ ਕੰਪੇਨ ਲਾਂਚ ਕੀਤੇ ਸਰਕਾਰ ਦੇ ਖਿਲਾਫ, ਕਿਹੜੀ ਕਿਹੜੀਆਂ ਚੀਜ਼ਾਂ ਦੀ ਇਹਨਾਂ ਨੇ ਨਿੰਦਾ ਕੀਤੀ, ਜਿਵੇਂ ਕਿ ਇਹਨਾਂ ਨੇ ਕਾਟਨ ਦੇ ਉੱਪਰ ਜਿਹੜੀ ਇੰਪੋਰਟ ਡਿਊਟੀ ਸੀਗੀ ਉਹ ਸਰਕਾਰ ਨੇ ਉਹ ਕਰਤੀ ਸੀਗੀ, ਬੰਦ ਕਰਤੀ ਸੀਗੀ, ਮਤਲਬ ਲਾਤੀ, ਪਤਾ ਨਹੀਂ ਥੋੜ੍ਹਾ ਜਿਹਾ ਮੈਂ ਪੜ੍ਹਾ, ਚਲੋ ਛੱਡੋ ਇਸ ਚੀਜ਼ ਨੂੰ। ਇੰਪੋਰਟ ਡਿਊਟੀ ਸੀਗੀ ਜਿਹੜੀ ਇੰਪੋਜ਼ ਕੀਤੀ ਸੀਗੀ ਕਾਟਨ ਦੇ ਉੱਪਰ, ਠੀਕ ਹੈ, ਉਹਨੂੰ ਲੈ ਕੇ ਇਹਨਾਂ ਨੇ ਪ੍ਰੋਟੈਸਟ ਕੀਤਾ 1875 'ਚ। ਫਿਰ ਇੰਡੀਅਨ ਜਿਹੜੇ ਭਾਰਤ ਦੇ ਵਿੱਚ ਸਰਕਾਰੀ ਪੋਸਟਾਂ ਨੇ ਉਹਦੇ ਵਿੱਚ ਇੰਡੀਅਨਾਈਜੇਸ਼ਨ ਹੋਣੀ ਚਾਹੀਦੀ ਹੈ, ਭਾਰਤੀ ਲੋਕਾਂ ਦੇ ਜਿਹੜਾ ਤੁਸੀਂ ਕਹਿ ਲਓ ਕੋਟਾ ਹੈ ਵੱਧ ਹੋਣਾ ਚਾਹੀਦਾ, ਇਸ ਚੀਜ਼ ਨੂੰ ਲੈ ਕੇ ਵੀ ਇਹਨਾਂ ਨੇ ਕੰਪੇਨ ਲਾਂਚ ਕੀਤੇ ਸਰਕਾਰ ਦੇ ਅਗੇਂਸਟ। ਫਿਰ ਇਹਨਾਂ ਨੇ ਜਿਵੇਂ ਕਿ ਆਰਮਸ ਐਕਟ ਹੋ ਗਿਆ ਲਿਟਨ ਦਾ, ਉਹਦੇ ਖਿਲਾਫ ਭਾਰਤੀ ਬਹੁਤ ਹੋਇਆ ਵੀ ਸਾਡੇ ਨਾਲ ਤਾਂ ਵਿਤਕਰ ਹੈ, ਭਾਰਤੀਆਂ ਤੁਸੀਂ ਕਹਿ ਲਓ ਲਸੰਸੀ ਹਥਿਆਰ ਰੱਖੋ, ਅੰਗਰੇਜ਼ਾਂ ਨੂੰ ਤੁਸੀਂ ਇਸ ਐਕਟ ਤੋਂ ਬਾਹਰ ਕੱਢਤਾ, ਵਿਤਕਰ ਹੈ, ਵਿਰੋਧ ਹੋਇਆ। ਫਿਰ ਵਰਨੈਕੂਲਰ ਪ੍ਰੈਸ ਐਕਟ, ਠੀਕ ਹੈ, ਜਿਹਨੂੰ ਰਿਪਨ ਸਾਹਿਬ ਨੇ ਰੀਪੀਲ ਕੀਤਾ ਸੀਗਾ, ਠੀਕ ਹੈ, 1878 'ਚ ਲਿਆਂਦਾ ਗਿਆ ਸੀ ਲਿਟਨ ਦੁਆਰਾ, ਤੇ ਲੋਕਾਂ ਨੇ ਵਿਰੋਧ ਕੀਤਾ, ਇਹਨਾਂ ਪੋਲੀਟੀਕਲ ਐਸੋਸੀਏਸ਼ਨਾਂ ਨੇ ਹੀ ਵਿਰੋਧ ਕੀਤਾ ਸੀ। ਫਿਰ ਅਗਲੇ ਗਵਰਨਰ ਜਨਰਲ ਰਿਪਨ ਸਾਹਿਬ ਨੇ ਉਹਨੂੰ ਰੀਪੀਲ ਕਰਨਾ ਪੈ ਗਿਆ। ਸੋ ਕਾਫੀ ਚੀਜ਼ਾਂ ਦੇ ਵਿੱਚ ਇਹ ਸਕਸੈਸਫੁਲ ਵੀ ਹੁੰਦੀਆਂ ਸੀ, ਜਿਵੇਂ ਕਿ ਇਲਬਰਟ ਬਿੱਲ ਕੰਟਰੋਵਰਸੀ ਉਹਦੇ ਬਾਰੇ ਪੜ੍ਹਾਇਆ ਸੀਗਾ, ਠੀਕ ਹੈ, ਉਹਨੂੰ ਵੀ ਇਹਨਾਂ ਨੇ ਆਪਣਾ ਇਹ ਮੁੱਦਾ ਚੱਕਿਆ ਸੀਗਾ ਇਹਨਾਂ ਨੇ। ਸੋ ਹੋਰ ਸਾਰੇ ਜਿਵੇਂ ਸਿਵਲ ਸਰਵਿਸਿਜ਼ ਦੀ ਉਮਰ ਘਟਾਤੀ, ਮੈਕਸੀਮਮ ਉਮਰ, ਉਹ ਸਾਰੇ ਮੁੱਦੇ ਇਹ ਉਹਨਾਂ ਵੇਲਿਆਂ ਦੇ ਚੱਕਦੇ ਰਹਿੰਦੇ ਸੀ। ਸੋ ਇਹ ਤਾਂ ਸੀਗੇ ਛੋਟੇ ਛੋਟੀਆਂ ਪੋਲੀਟੀਕਲ ਆਰਗਨਾਈਜੇਸ਼ਨ ਐਸੋਸੀਏਸ਼ਨ ਕਹਿ ਲਓ ਉਹਨਾਂ ਵੇਲਿਆਂ ਦੀਆਂ। ਹੁਣ ਆਪਾਂ ਮੇਨ ਮੁੱਦੇ ਤੇ ਆਉਂਦੇ ਹਾਂ, ਉਹ ਜੀ ਕਾਂਗਰਸ। ਕਾਂਗਰਸ ਦੀ ਪਹਿਲੀ ਗੱਲ ਸਥਾਪਨਾ ਕਦੋਂ ਹੋਈ, ਕਿੱਥੇ ਹੋਈ, ਕਿਹਦੇ ਦੁਆਰਾ ਕੀਤੀ ਗਈ, ਇਹ ਤਾਂ ਫੈਕਚੁਅਲ ਗੱਲਾਂ ਨੇ ਆਪਾਂ ਪੜ੍ਹ ਲੈਣੀ ਨੇ। ਬਟ ਕਾਂਗਰਸ ਨੂੰ ਬਣਾਉਣ ਦੀ ਲੋੜ ਕਿਉਂ ਸੀ ਤੇ ਕਾਂਗਰਸ ਦਾ ਦਾਇਰਾ ਕਿੱਦਾਂ ਸੀ, ਇਹਦੇ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ। ਤਾਂ ਦੇਖੋ, ਹੁਣ ਤੱਕ ਜਿਹੜੀਆਂ ਪੋਲੀਟੀਕਲ ਆਰਗਨਾਈਜੇਸ਼ਨ ਸੀਗੀਆਂ ਵੈਸੇ ਤਾਂ ਵਧੀਆ ਕੰਮ ਕਰ ਰਹੀਆਂ ਸੀਗੀਆਂ, ਬਟ ਕੋਈ ਪੈਨ ਇੰਡੀਆ ਲੈਵਲ ਦੀ ਆਰਗਨਾਈਜੇਸ਼ਨ ਹੁਣ ਤੱਕ ਨਹੀਂ ਸੀਗੀ। ਸਾਰਿਆਂ ਦਾ ਇੱਕ ਲਿਮਿਟਡ ਓਬਜੈਕਟਿਵ ਸੀਗਾ ਤੇ ਇੱਕ ਲਿਮਿਟਡ ਸਕੋਪ ਸੀਗਾ। ਸੋ ਭਾਰਤੀ ਵੀ ਚਾਹੁੰਦੇ ਸੀ ਵੀ ਇੱਕ ਅਹੀ ਜਿਹੀ ਦੇਸ਼, ਭਾਰਤੀ ਪੂਰੇ ਦੇਸ਼ ਲੈਵਲ ਇੱਕ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਕਿ ਅੰਗਰੇਜ਼ਾਂ ਦੀ ਕੋਈ ਪਾਲਿਸੀ ਹੈ ਉਹਦੀ ਨਿੰਦਾ ਕਰਨੀ ਬਣਦੀ ਹੈ, ਨਿੰਦਾ ਕਰੇ, ਲੋਕਾਂ ਦੇ ਜਿਹੜੇ ਪਬਲਿਕ ਹਿੱਤ ਦੇ ਮੈਟਰ ਨੇਗੇ ਉਹ ਸਰਕਾਰ ਤੱਕ ਪਹੁੰਚਾਏ ਜਾਣ, ਇਹੀ ਜਿਹੀ ਕੋਈ ਤੁਸੀਂ ਕਹਿ ਲਓ ਪਾਰਟੀ ਹੋਣੀ ਚਾਹੀਦੀ ਹੈ ਆਲ ਇੰਡੀਆ ਲੈਵਲ ਦੀ। ਸੋ ਉਹਨੂੰ ਲੈ ਕੇ ਫਿਰ ਇੱਕ ਇੰਗਲਿਸ਼ ਸਿਵਲ ਸਰਵੈਂਟ ਸੀਗੇ, ਅਫਸਰ ਸੀਗੇ, ਰਿਟਾਇਰ ਸੀਗੇ, ਉਹਨਾਂ ਦਾ ਨਾਮ ਸੀਗਾ ਐਲਨ ਓਕਟਾਵੀਅਨ ਹਿਊਮ, ਇਹ ਉਹ ਹਿਊਮ ਕਹਿੰਦੇ ਨੇ ਉਹਨਾਂ ਨੂੰ, ਆਹ ਤੁਸੀਂ ਦੇਖ ਰਹੇ ਹੋਗੇ, ਤੇ ਇਹ ਉਹ ਹਿਊਮ ਸਾਹਿਬ ਦੀ ਦੇਣ ਸੀਗੀ ਕਾਂਗਰਸ ਦੀ ਸਥਾਪਨਾ ਕਰਨਾ। ਉਸ ਵੇਲੇ ਵਾਇਸ ਰਾਏ ਸੀਗੇ ਲਾਰਡ ਡਫਰਿਨ ਸਾਹਿਬ, ਡਫਰਿਨ ਸਾਹਿਬ ਨੇ ਅਪਰੂਵਲ ਦਿੱਤੀ ਇਹਨਾਂ ਦੇ ਕਹਿਣ ਤੇ ਵੀ ਇੱਕ ਐਸੋਸੀਏਸ਼ਨ ਜੀ ਬਣਾ ਦਿਓ ਇਹਨਾਂ ਭਾਰਤੀਆਂ ਦੀ, ਚਲੋ ਪੜ੍ਹੇ ਲਿਖੇ ਲੋਕ ਨੇ ਇਹ 'ਚ ਕਿਹੜਾ ਅਣਪੜ੍ਹ ਨੇਗੇ ਜ਼ਿਆਦਾਤਰ, ਕਿਉਂਕਿ ਉਹਨਾਂ ਵੇਲੇ ਦੇ ਵਿੱਚ ਨਾ ਜਿਹੜੇ ਪੜ੍ਹੇ ਲਿਖੇ ਭਾਰਤੀ ਸੀਗੇ ਉਹ ਵੀ ਜ਼ਿਆਦਾਤਰ ਅੰਗਰੇਜ਼ਾਂ ਦਾ ਪੱਖ ਪੂਰਦੇ ਹੁੰਦੇ ਸੀਗੇ। ਸੋ ਅੰਗਰੇਜ਼ ਕਹਿੰਦੇ ਵੀ ਚੱਲ ਕੋਈ ਨਹੀਂ ਵੀ ਆਪਣੇ ਹੀ ਕੰਮ ਹੋਣਗੇ, ਪੜ੍ਹੇ ਲਿਖੇ ਨੇਗੇ, ਚਲੋ ਇਹਨਾਂ ਨੂੰ ਇੱਕ ਐਸੋਸੀਏਸ਼ਨ ਬਣਾ ਕੇ ਦੇ ਦਿਓ ਜੇ ਇਹ ਕਹਿੰਦੇ ਨੇਗੇ, ਠੀਕ ਹੈ। ਸੋ ਇਹਨਾਂ ਨੇ ਫਿਰ ਡਫਰੀ ਨੇ ਅਪਰੂਵਲ ਦਿੱਤੀ ਤੇ ਫਿਰ ਇੰਡੀਅਨ ਨੈਸ਼ਨਲ ਦੀ ਕਾਂਗਰਸ ਸੀਗੀ ਉਹਨੂੰ ਸਥਾਪਨਾ ਨੂੰ ਲੈ ਕੇ ਫਿਰ ਚਰਚੇ ਸ਼ੁਰੂ ਹੋਣ ਲੱਗੇ ਦਸੰਬਰ 1884 ਦੇ ਵਿੱਚ, ਠੀਕ ਹੈ। ਬੇਸਿਕਲੀ ਇੱਕ ਤਰ੍ਹਾਂ ਦਾ ਪਲੇਟਫਾਰਮ ਬਣਾਉਣਾ ਚਾਹੁੰਦੇ ਸੀਗੇ ਉਸ ਵੇਲੇ ਭਾਰਤੀ, ਜਿਹਦੇ ਨਾਲ ਪਬਲਿਕ, ਭਾਰਤ ਦੀ ਆਮ ਪਬਲਿਕ ਹੈ ਉਹਦੀ ਜਿਹੜੀ ਆਵਾਜ਼ ਹੈ, ਉਹਦਾ ਓਪੀਨੀਅਨ ਹੈ, ਸਰਕਾਰ ਤੱਕ ਪਹੁੰਚਾਇਆ ਜਾ ਸਕੇ। ਫਿਰ 1884 ਦਾ ਦਸੰਬਰ ਦਾ ਮਹੀਨਾ ਸੀ, ਏ ਓ ਹਿਊਮ ਸਾਹਿਬ ਨੇ ਇੱਕ ਪ੍ਰਾਈਵੇਟ ਮੀਟਿੰਗ ਅਟੈਂਡ ਕੀਤੀ 17 ਮੈਂਬਰਾਂ ਦੇ ਨਾਲ, 17 ਭਾਰਤੀ ਸੀਗੇ, ਠੀਕ ਹੈ,
ਸਥਾਪਨਾ ਦਾ ਜਿਹੜਾ ਆਈਡੀਆ ਸੀਗਾ ਉਹ ਉਭਰਿਆ ਸੀਗਾ ਤੇ ਜਦੋਂ ਕਾਂਗਰਸ ਦੀ ਸਥਾਪਨਾ ਹੋਈ ਉਹਦੀ ਫਾਊਂਡੇਸ਼ਨ ਮਿਲੇ ਤੁਸੀਂ ਕਹਿ ਲਓ ਤਾਂ ਉਹਦਾ ਮੇਨ ਉਦੇਸ਼ ਇਹ ਸੀਗਾ ਵੀ ਭਾਰਤ ਦੇ ਜਿਹੜੇ ਲੋਕ ਨੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਦੀ ਸਰਕਾਰੀ ਨੌਕਰੀਆਂ ਦੇ ਵਿੱਚ ਵੱਧ ਪਾਰਟੀਸਪੇਸ਼ਨ ਹੋਣੀ ਚਾਹੀਦੀ ਹੈ ਤੇ ਇੱਕ ਇਹੋ ਜਿਹਾ ਫੋਰਮ ਬਣਾਇਆ ਜਾਵੇ ਜਿਹਦੇ ਵਿੱਚ ਆਪਾਂ ਡਾਇਲੋਗ ਦੇ ਥਰੂ ਅੰਗਰੇਜ਼ ਹਕੂਮਤ ਦੇ ਨਾਲ ਗੱਲਬਾਤ ਕਰਕੇ ਸਾਰੇ ਮਸਲੇ ਹੱਲ ਕਰ ਸਕੀਏ। ਸੋ ਜਿਹੜੇ ਦੇਖੋ ਜਿਹੜੀ ਕਾਂਗਰਸ 1885 'ਚ ਬਣੀ ਸੀ ਨਾ ਸ਼ੁਰੂ 'ਚ ਉਹਦਾ ਉਦੇਸ਼ ਇਹ ਸੀਗਾ ਵੀ ਅੰਗਰੇਜ਼ ਸਰਕਾਰ ਦੀ ਹਕੂਮਤ ਦੇ ਅੰਡਰ ਰਹਿ ਕੇ ਕੌਨਸਟੀਟਿਊਸ਼ਨਲ ਰਿਫੋਰਮਸ ਕੀਤੇ ਜਾਣ, ਇਹ ਉਹਨਾਂ ਦਾ ਮਕਸਦ ਸੀ। ਬਾਅਦ ਦੇ ਵਿੱਚ ਫਿਰ ਜਦੋਂ ਸਮਾਂ ਟੱਪਦਾ ਗਿਆ ਕਾਂਗਰਸ ਹੀ ਡਿਵਾਈਡ ਹੋ ਗਈ, ਇੱਕ ਨਰਮ ਦਲੀਏ ਅੱਡ ਹੋ ਗਏ, ਗਰਮ ਦਲੀਏ ਅੱਡ ਹੋ ਗਏ, ਜਿਹਨਾਂ ਦਾ ਉਦੇਸ਼ ਹੀ ਇਹ ਬਣ ਗਿਆ ਸੀ ਦੇਸ਼ ਹੀ ਯਾਦ ਕਰਾਉਣਾ, ਅੰਗਰੇਜ਼ ਭਜਾਉਣੇ ਨੇ। ਦੂਜੇ ਕਹਿੰਦੇ ਵੀ ਇਸ ਤਰ੍ਹਾਂ ਭਾਈ ਅੰਗਰੇਜ਼ਾਂ ਦੇ ਠੀਕ ਹੈ ਆਪਾਂ ਕੀ ਕਹਿੰਦੇ ਨੇ ਚਮਚੇ ਹੈਗੇ ਤੇ ਇਹਨਾਂ ਦੇ ਬਸ ਆਪਾਂ ਇਸ਼ਾਰੇ ਤੇ ਨੱਚਣਾ ਹੈਗਾ, ਸਾਨੂੰ ਨੱਚਣਾ ਵਧੀਆ ਲੱਗਦਾ ਹੈਗਾ ਤੇ ਤਾਂ ਕਰਕੇ ਅਸੀਂ ਇਹਨਾਂ ਦੇ ਇਸ਼ਾਰੇ ਤੇ ਨੱਚਣਾ ਚਾਹੁੰਦੇ ਹਾਂ। ਇਹ ਤਰ੍ਹਾਂ ਦੇ ਵੀ ਹੁੰਦੇ ਸੀਗੇ, ਬਟ ਚਲੋ ਇਹ ਜਿਹਦਾ ਮਤਲਬ ਦੋ ਤਰ੍ਹਾਂ ਦੇ ਤਬਕੇ ਸੀਗੇ ਉਹ ਆਪਾਂ ਅੱਗੇ ਆਉਣ ਵਾਲੇ ਸਮੇਂ ਦੇ ਪੜਾਂਗੇ, ਬਟ ਸ਼ੁਰੂਆਤੀ ਦੌਰ ਦੇ ਵਿੱਚ ਕਾਂਗਰਸ ਦਾ ਬਸ ਇੰਨਾ ਟੀਚਾ ਸੀ ਵੀ ਅੰਗਰੇਜ਼ਾਂ ਦੀ ਹਕੂਮਤ ਦੇ ਅੰਡਰ ਰਹਿ ਕੇ ਕੌਨਸਟੀਟਿਊਸ਼ਨਲ ਰਿਫੋਰਮਸ ਕੀਤੇ ਆ। ਸੋ ਫਾਈਨਲੀ ਫਿਰ ਜੂਨ ਦਾ ਮਹੀਨਾ ਸੀ 1885 ਦਾ ਸਾਲ ਸੀ, ਇਹਦੇ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ ਡਫਰਿਨ ਸਾਹਿਬ ਦੁਆਰਾ। ਇਹ ਉਸ ਵੇਲੇ ਗਵਰਨਰ ਜਨਰਲ ਆਫ ਇੰਡੀਆ ਸੀਗੇ ਤੇ ਅਰਲ ਆਫ ਕਿੰਬਰਲੇ ਨਾਮ ਦਾ ਬੰਦਾ ਭਾਰਤ ਦਾ ਉਸ ਵੇਲੇ ਸੈਕਟਰੀ ਆਫ ਸਟੇਟ ਸੀ। ਕੁਸਚਨ ਪੁੱਛਦਾ ਸੈਕਟਰੀ ਆਫ ਸਟੇਟ ਨੂੰ ਜਿਹੜੀ ਕਾਉਂਸਲ ਦਿੱਤੀ ਗਈ ਸੀ ਇੰਡੀਆ ਦਾ ਕਾਉਂਸਲ ਉਹ ਕਿੰਨੇ ਮੈਂਬਰੀ ਕਾਉਂਸਲ ਸੀ, ਕਮੈਂਟ ਬਾਕਸ ਦੇ ਵਿੱਚ ਦੱਸੋ। ਤੇ ਕਾਂਗਰਸ ਦੀ ਫਿਰ ਪਹਿਲੀ ਮੀਟਿੰਗ ਕਿੱਥੇ ਪ੍ਰਸਾਈਡ ਹੋਣੀ ਸੀਗੀ, ਉਹ ਵੈਨਿਊ ਰੱਖਿਆ ਗਿਆ ਸੀਗਾ ਪੁਣੇ, ਠੀਕ ਹੈ। ਉਸ ਵੇਲੇ ਪੂਨਾ ਕਹਿੰਦੇ ਸੀ, ਬਟ ਉਸ ਵੇਲੇ ਇੱਕ ਬਿਮਾਰੀ ਫੈਲੀ ਸੀਗੀ ਮੁੰਬਈ ਵਿਖੇ, ਬੰਬੇ ਵਿਖੇ ਬਹੁਤ ਵੱਡਾ ਹੁੰਦਾ ਸੀ ਬੰਬੇ ਉਦੋਂ, ਠੀਕ ਹੈ। ਤੇ ਉਸ ਬਿਮਾਰੀ ਦਾ ਨਾਮ ਸੀਗਾ ਕੋਲਰਾ, ਜਿਹਦੇ ਕਰਕੇ ਜਿਹੜਾ ਪੂਨੇ ਵਿਖੇ ਸੈਸ਼ਨ ਰੱਖਿਆ ਜਾਣਾ ਸੀਗਾ ਉਹ ਸ਼ਿਫਟ ਕਰਨਾ ਪੈ ਗਿਆ ਇਹਨਾਂ ਨੂੰ ਬੰਬੇ ਰੱਖਣਾ ਪੈ ਗਿਆ। ਤੇ ਬੰਬੇ ਵੀ ਕਿੱਥੇ, ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ, ਇਸ ਕਾਲਜ ਵਿਖੇ ਪਹਿਲੀ ਮੀਟਿੰਗ ਹੋਈ ਕਾਂਗਰਸ ਦੀ, ਠੀਕ ਹੈ, 28 ਦਸੰਬਰ 1885 ਨੂੰ। ਇਹ ਤਰੀਕ ਵੀ ਯਾਦ ਰੱਖਿਓ, ਇਹ ਸੈਸ਼ਨ ਵੀ ਯਾਦ ਰੱਖਿਓ ਤੇ ਪਹਿਲਾਂ ਕਿੱਥੇ ਸੈਸ਼ਨ ਹੋਣਾ ਸੀਗਾ ਨਹੀਂ ਹੋ ਸਕਿਆ, ਉਹ ਸ਼ਹਿਰ ਦਾ ਨਾਮ ਪੂਨੇ ਦਾ ਵੀ ਨਾਮ ਯਾਦ ਰੱਖਿਓ। ਇਹ ਸਿੰਪਲ ਸਿੱਧੇ ਪੁੱਛੇ ਜਾਣ ਵਾਲੇ ਕੁਸਚਨ ਹੈ। 72 ਡੈਲੀਗੇਟਸ ਨੇ ਤੁਸੀਂ ਕਹਿ ਲਓ ਇਹ ਮੀਟਿੰਗ ਸੀਗੀ ਅਟੈਂਡ ਕੀਤੀ ਸੀਗੀ, ਇਹ ਕਾਂਗਰਸ ਸੀਗੀ ਜਿਹੜੀ ਇਹਦੀ ਪਹਿਲੀ ਮੀਟਿੰਗ ਸੀ, 72 ਲੋਕਾਂ ਦੁਆਰਾ ਅਟੈਂਡ ਕੀਤੀ ਗਈ ਸੀ। ਤੇ ਇਸ ਮੀਟਿੰਗ ਦੇ ਵਿੱਚ ਨਤੀਜਾ ਕੀ ਨਿਕਲਿਆ, WC ਬੈਨਰਜੀ ਯਾਨੀ ਕਿ ਉਮੇਸ਼ ਚੰਦਰ ਬੈਨਰਜੀ ਨਾਮ ਦਾ ਬੰਦਾ ਸੀਗਾ, ਇਹਦਾ ਦੂਸਰਾ ਨਾਮ ਸੀਗਾ ਉਮੇਸ਼ ਚੰਦਰ ਬੈਨਰਜੀ, ਇਹਨੂੰ ਕਾਂਗਰਸ ਦਾ ਪਹਿਲਾ ਪ੍ਰੈਜ਼ੀਡੈਂਟ ਅਪੁਆਇੰਟ ਕੀਤਾ ਗਿਆ, ਠੀਕ ਹੈ। ਤੇ ਇਹ ਉਹ ਹਿਊਮ ਸਾਹਿਬ ਜਿਨ੍ਹਾਂ ਨੇ ਕਾਂਗਰਸ ਬਣਾਉਣ 'ਚ ਹੈਲਪ ਕੀਤੀ ਸੀ, ਇਹ ਕਾਂਗਰਸ ਦੇ ਪਹਿਲੇ ਜਨਰਲ ਸੈਕਟਰੀ ਬਣੇ ਸੀ। ਤੇ ਇਹ ਉਸ ਵੇਲੇ ਦੀ ਪਹਿਲੀ ਮੀਟਿੰਗ ਸੀ ਕਾਂਗਰਸ ਦੀ, ਉਹਦੀ ਇਹ ਫੋਟੋ ਹੈਗੀ, ਚੌ-ਚੌ 'ਚ ਸਾਰੇ ਬੈਠੇ ਨੇ ਫੋਟੋ ਖਿਚਾਉਣ ਦੇ ਮਾਰੇ, ਤੇ ਤੁਸੀਂ ਇਹਨਾਂ ਨੂੰ ਦੇਖ ਸਕਦੇ। ਸੋ ਆਪਾਂ ਅੱਗੇ ਵੱਧਦੇ ਹਾਂ ਜੀ, ਤੇ ਆਹ ਨੇ ਜੀ ਮਿਸਟਰ ਤੇ ਕੀ ਨਾਮ ਸੀ WC ਬੈਨਰਜੀ, ਉਮੇਸ਼ ਚੰਦਰ ਬੈਨਰਜੀ, ਭਾਰਤ ਭੂਸ਼ਣ ਆਸੂ ਵਰਗੀ ਇਹਨਾਂ ਦੀ ਸ਼ੱਕ ਲੈ ਗਈ। ਤੇ ਇਹ ਪਹਿਲੇ ਪ੍ਰਧਾਨ ਸੀਗੇ ਕਾਂਗਰਸ। ਤੇ ਫਿਰ ਦੂਸਰਾ ਸੈਸ਼ਨ ਲੱਗਿਆ ਕਾਂਗਰਸ ਦਾ ਕਿੱਥੇ, ਅਗਲੇ ਸਾਲ ਦਸੰਬਰ ਮਹੀਨੇ 1886 ਦਾ ਸਾਲ ਸੀ, ਕਲਕੱਤਾ ਵਿਖੇ। ਤੇ ਇਹ ਸੈਸ਼ਨ ਪ੍ਰਸਾਰਡ ਕਰਿਆ ਸੀਗਾ ਦਾਦਾ ਭਾਈ ਨਾਰੋਜੀ ਸਾਹਿਬ ਦੁਆਰਾ। ਤੇ ਹੁਣ ਮੈਂਬਰ ਵੱਧ ਗਏ, ਭਾਰਤੀਆਂ ਦੀ ਪਾਰਟੀਸਪੇਸ਼ਨ ਵੱਧ ਗਈ ਇਸ ਕਾਂਗਰਸ ਦੇ ਵਿੱਚ। ਪਹਿਲਾਂ 72 ਸੀਗੇ, ਯਾਦ ਰੱਖੋ ਕਿੰਨੇ, 72 ਪੁੱਛੇ ਆਂਦਰੇ ਪੇਪਰ 'ਚ, ਫਿਰ ਕਿੰਨੇ ਹੋ ਗਏ, ਫਿਰ 436 ਹੋ ਗਏ। ਤੇ ਫਿਰ ਇਹ ਡਿਸਾਈਡ ਕੀਤਾ ਗਿਆ ਦੂਸਰੇ ਸੈਸ਼ਨ ਦੇ ਵਿੱਚ ਵੀ ਹੁਣ ਤੋਂ ਹਰੇਕ ਸਾਲ ਦਸੰਬਰ ਦੇ ਮਹੀਨੇ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਕਾਂਗਰਸ ਹੈਗੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ, ਉਹਦੀ ਮੀਟਿੰਗ ਹੋਇਆ ਕਰੂਗੀ। ਤੇ ਆਪਾਂ ਆਪਣਾ ਕੀ ਏਜੰਡਾ ਹੈਗਾ ਅੰਗਰੇਜ਼ ਹਕੂਮਤ ਦੇ ਵਿੱਚ, ਆਪਾਂ ਕੀ ਸੁਧਾਰ ਕਰਨੇ ਚਾਹੁੰਦੇ, ਉਹਨਾਂ ਨੂੰ ਕੀ ਕਹਿਣਾ, ਉਹ ਸਾਰਾ ਕੁਝ ਡਿਸਾਈਡ ਕੀਤਾ ਹੁੰਦਾ ਸੀ। ਤੇ ਮੋਸਟਲੀ ਇਸ ਕਾਂਗਰਸ ਦੇ ਵਿੱਚ ਪੜ੍ਹੇ ਲਿਖੇ ਲੋਕ ਹੁੰਦੇ ਸੀ, ਵਕੀਲ ਹੋ ਗਏ, ਪੱਤਰਕਾਰ ਹੋ ਗਏ, ਟ੍ਰੇਡਰ, ਇੰਡਸਟਰੀਅਲਿਸਟ, ਟੀਚਰ, ਠੀਕ ਹੈ, ਤੇ ਕੁਝ ਲੈਂਡਲੋਰਡ ਵੀ ਸ਼ਾਮਲ ਹੁੰਦੇ ਸੀ ਇਸ ਕਾਂਗਰਸ ਦੇ ਵਿੱਚ। ਸੋ 1899 ਤੱਕ ਆਉਂਦੇ ਹੁੰਦੇ ਇਹ ਜਿਹੜੇ ਸ਼ੁਰੂ ਦੇ ਵਿੱਚ 72 ਲੋਕ ਸੀਗੇ ਇਹਦੇ ਮੈਂਬਰ, ਤੇ ਬਾਅਦ ਦੇ ਵਿੱਚ 2000 ਤੱਕ ਇਹ ਗਿਣਤੀ ਵੱਧ ਗਈ ਸੀ ਤੇ ਫਿਰ ਵੱਧਦੀ ਚਲੀ ਗਈ। ਸੋ ਇਹ ਸੀਗਾ ਆਪਣਾ ਅੱਜ ਦਾ ਪਹਿਲਾ ਲੈਕਚਰ, ਮਿਲਦੇ ਹਾਂ ਕੱਲ੍ਹ ਨੂੰ ਇਸੇ ਟੌਪਿਕ ਨੂੰ ਕੰਟੀਨਿਊ ਕਰਾਂਗੇ। ਧੰਨਵਾਦ।